ਅਜੀਤ ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਟੈਣਾ ਦੋਸਤੋ ਹਾਜ਼ਰ ਹਾਂ ਪ੍ਰੋਗਰਾਮ ਕਲਾਤੇ ਕਲਾਕਾਰ ਲੈ ਕੇ ਅਕਸਰ ਦੋਸਤੋ ਮੈਂ ਇਹ ਗੱਲ ਸੋਚਦਾ ਕਿ ਪੰਜਾਬ ਦੇ ਲਗਭਗ 12500 ਪਿੰਡਾਂ ਦੇ ਵਿੱਚ ਮਰਦ ਗਾਇਕਾਂ ਦੀ ਕਲਾਕਾਰਾਂ ਦੀ ਗਿਣਤੀ ਕਿਸੇ ਪੱਖੋਂ ਘੱਟ ਨਹੀਂ ਹੈ ਪਰ ਜਦੋਂ ਅਸੀਂ ਔਰਤ ਕਲਾਕਾਰਾਂ ਦੇ ਵੱਲ ਪੰਛੀ ਚਾਤ ਮਾਰਦੇ ਆ ਤਾਂ ਉਂਗਲਾਂ ਦੇ ਪੋਟਿਆਂ ਦੇ ਉੱਤੇ ਨਾਮੁਕ ਜਾਂਦੇ ਨੇ ਇਹਦੇ ਪਿੱਛੇ ਵੱਖੋ ਵੱਖਰੇ ਕਾਰਨ ਹੋਣਗੇ ਪਰ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਕਲਾ ਦੇ ਨਾਲ ਜੁੜੀ ਹੋਈ ਇੱਕ ਸ਼ਖਸੀਅਤ ਜਿਨ੍ਹਾਂ ਨੂੰ ਅਸੀਂ ਸਰਬਜੀਤ ਮੰਗਟ ਦੇ ਰੂਪ ਦੇ ਵਿੱਚ ਜਾਣਦੇ ਆ ਉਹ ਬਹੁ ਪੱਖੀ ਨੇ ਉਹਨਾਂ ਨੇ ਗਿੱਧਿਆਂ ਦੇ ਵਿੱਚ ਬਹੁਤ ਮੁਹਾਰਤ ਹਾਸਲ ਕੀਤੀ ਹੈ ਗਿੱਧਿਆਂ ਦੀ ਰਾਣੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਹੈ ਉਹਨਾਂ ਨੇ ਵਾਰਤਕ ਵੀ ਬਾਕਮਾਲ ਲਿਖੀ ਹੈ ਤੇ ਉਹਨਾਂ ਨੇ ਗਾਇਕੀ ਵੀ ਬਹੁਤ ਵਧੀਆ ਪੇਸ਼ ਕੀਤੀ ਹੈ ਉਹ ਸਾਡੇ ਸਟੂਡੀਓ ਦੇ ਵਿੱਚ ਨੇ ਸਵਾਗਤ ਕਰਦੇ ਹਾਂ ਉਹਨਾਂ ਦਾ ਅਮਨ ਗਰਤੀ ਸਤਿਕਾਰ ਜੀ ਸਤਿਕਾਰ ਜੀ ਸਭ ਤੋਂ ਪਹਿਲਾਂ ਇੱਕ ਰਸਮੀ ਜੇ ਸਵਾਲ ਦੇ ਨਾਲ ਸ਼ੁਰੂਆਤ ਕਰਦੇ ਆਂ ਜੀ ਜੀ ਔਰਤਾਂ ਨੂੰ ਕੁੜੀਆਂ ਚਿੜੀਆਂ ਨੂੰ ਗਾਇਕੀ ਜਾਂ ਕਲਾ ਦੇ ਕਿਸੇ ਵੀ ਰੂਪ ਦੇ ਵੱਲ ਘੱਟ ਭੇਜਿਆ ਜਾਂਦਾ ਇਹਦੇ ਵੱਖੋ ਵੱਖਰੇ ਕਾਰਨ ਨੇ ਜਿਵੇਂ ਮੈਂ ਭੂਮਿਕਾ ਦੇ ਵਿੱਚ ਕਿਹਾ ਸੀ ਤੁਹਾਨੂੰ ਜਿਹੜੀ ਇਹ ਚੇਟਕਾ ਨਾਨਕਿਆ ਦਾਦਕਿਆਂ ਤੋਂ ਲੱਗੀ ਜਾਂ ਫਿਰ ਆਪ ਮੁਹਾਰੀ ਫੁੱਟੀ ਹੈ ਕਹਿੰਦੇ ਇਸ ਤਰ੍ਹਾਂ ਕੀ ਮੈਨੂੰ ਲੱਗਦਾ ਪੰਜਾਬ ਦਾ ਪੌਣ ਪਾਣੀ ਔਰ ਪੰਜਾਬ ਦੇ ਮੇਲੇ ਤਿੱਥ ਤਿਉਹਾਰ ਕਿਉਂਕਿ ਮੈਂ 1968 ਦੀ ਬੌਰਨ ਹੈ ਜੀ ਪੰਜਾਬ ਦੇ ਕਈ ਰੂਪ ਦੇਖੇ ਨੇ ਉਹ ਜਿਹੜਾ ਪਿੰਡਾਂ ਵਾਲਾ ਪੰਜਾਬ ਸੀ ਉਦੋਂ ਆਪਣੀਆਂ ਅੱਖਾਂ ਦੇ ਨਾਲ ਜੋ ਵਿਆਹ ਸ਼ਾਦੀਆਂ ਔਰ ਜਾਗੋਆਂ ਕੱਢਦੇ ਦੇਖਿਆ ਸਭ ਨੂੰ ਤੇ ਪਲੱਸ ਪਿੰਡਾਂ ਚ ਅਖਾੜੇ ਲੱਗਦੇ ਹੁੰਦੇ ਸੀ ਸਹੀ ਸੋ ਬਚਪਨ ਦੇ ਵਿੱਚ ਮੈਂ ਕੁਲਦੀਪ ਮਾਨਿਕ ਜੀਆ ਨੂੰ ਸ੍ਰਿੰਦਰ ਸ਼ਿੰਦਾ ਜੀ ਦੇ ਅਖਾੜੇ ਸੁਣਦੀ ਰਹੀ ਆ ਤੇ ਕਹਿ ਲਓ ਜ਼ੇਨ ਵਿੱਚ ਤੁਹਾਡੀ ਮਨਪਸੰਦ ਚੀਜ਼ ਕਿਤੇ ਨਾ ਕਿਤੇ ਫੀਡ ਹੋ ਜਾਂਦੀ ਆ ਬਿਲਕੁਕੁਲ ਸਹੀ ਤੇ ਚੱਲਦੇ ਚੱਲਦੇ ਫਿਰ ਜਦੋਂ ਸਕੂਲ ਕਾਲਜ ਦੇ ਵਿੱਚ ਤੁਸੀਂ ਪਹੁੰਚੇ ਸਕੂਲ ਦੇ ਵਿੱਚ ਮੈਂ ਲਿਖਦੀ ਸੀ ਔਰ ਕਵਿਤਾਵਾਂ ਬੋਲਦੀ ਸੀ ਹੂੰ ਹੂੰ ਤੇ ਕਾਲਜ ਦੇ ਵਿੱਚ ਗਈ ਤਾਂ ਇੱਕ ਮਾਹੌਲ ਮਿਲਿਆ ਤਾਂ ਉਹਦੇ ਵਿੱਚ ਮੈਂ ਜਿਵੇਂ ਸ਼ੁਰੂਆਤ ਹੈ ਜਿਹੜੀ ਉਹ ਗਿੱਧੇ ਤੋਂ ਕੀਤੀ ਅੱਛਾ ਤੇ ਗਿੱਧੇ ਦੇ ਵਿੱਚ ਪਹਿਲੇ ਹੀ ਸਾਲ ਅੱਛੇ ਅੱਛੇ ਮਾਰ ਕੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਪੰਜਾਬ ਯੂਨੀਵਰਸਿਟੀ ਕਲਰ ਹੱਥ ਆ ਗਿਆ ਹੂੰ ਤੇ 올 ਇੰਡੀਆ ਫੋਕ ਡਾਂਸਰ ਬੈਸਟ ਮਿਲ ਗਿਆ ਜੀ ਕਾਲਜ ਕਲਰ ਯੂਨੀਵਰਸਿਟੀ ਕਲਰ ਪਰ ਬਹੁ ਪੱਖੀ ਹੀ ਰਹੀ ਸ਼ੁਰੂ ਤੋਂ ਨਾਲੋਂ ਨਾਲ ਲਿਖਣ ਦਾ ਵੀ ਚੱਲਦਾ ਰਿਹਾ ਮੈਨੂੰ ਕੋਈ ਐਡਾ ਔਖਾ ਨਹੀਂ ਲੱਗਿਆ ਪੜਾਈ ਚ ਚੰਗੀ ਹੁਸ਼ਿਆਰ ਸੀ ਤੇ ਘਰ ਦੇ ਨੂੰ ਲੱਗਦਾ ਸੀ ਕਿ ਨਤੀਜੇ ਸੋਹਣੇ ਆ ਰਹੇ ਨੇ ਤੇ ਬਾਕੀ ਜੇ ਕੋਈ ਕੁਸ਼ ਕਰ ਰਹੀ ਆ ਤੇ ਆਪਣਾ ਸਮਾਂ ਇਨਵੈਸਟ ਕਰਦੀ ਆ ਔਰ ਸੋਹਣੇ ਰਿਜ਼ਲਟ ਮਿਲਦੇ ਆ ਸ਼ਾਬਾਸ਼ੀ ਆਉਂਦੀ ਆ ਸੋ ਮੈਨੂੰ ਤਾਂ ਸੌਖਾ ਹੀ ਮਿਲ ਗਿਆ ਸਭ ਕੁਝ ਜਿੱਥੇ ਦੇ ਵਿੱਚ ਵਿਚਰਦੇ ਆ ਵਿਚਰਦੇ ਆ ਤੁਸੀਂ ਪੰਜਾਬੀ ਗਾਇਕੀ ਦੇ ਵੱਲ ਮੋੜ ਕੱਟਿਆ ਉਸ ਤੋਂ ਬਾਅਦ ਤੁਸੀਂ ਹੋਰ ਕਈ ਕਲਾਵਾਂ ਦੀਆਂ ਸਿਲਫਾਂ ਦੇ ਨਾਲ ਜੁੜ ਗਏ ਇਹ ਪੰਜਾਬੀ ਗਾਇਕੀ ਦੇ ਵਿੱਚ ਪੈਰ ਧਰਾਵਾ ਕਿਵੇਂ ਹੋਇਆ ਤੁਹਾਡਾ ਕਲਾ ਮੈਨੂੰ ਲੱਗਦਾ ਇੱਕੋ ਹੀ ਬੀਜ ਹੈ ਜਦੋਂ ਫੁੱਟਦਾ ਹੈ ਤਾਂ ਹੌਲੀ-ਹੌਲੀ ਪਹਿਲਾਂ ਛੋਟਾ ਪੌਦਾ ਫਿਰ ਵੱਡਾ ਬੋੜ ਵੀ ਬਣਦਾ ਹੈ ਕਤੇ ਜੇ ਨਜ਼ਰ ਸੁਵਲੀ ਹੋਵੇ ਅੰਦਰੂਨੀ ਮੇਰ ਵੀ ਕੰਮ ਕਰਦੀ ਆ ਤੇ ਚਲਦੇ-ਚਲਦੇ ਜੋ ਤੁਸੀਂ ਕੁਦਰਤੀ ਤੌਰ ਤੇ ਕਲਾਕਾਰ ਹੋ ਮੈਨੂੰ ਲੱਗਦਾ ਤਾਂ ਫਿਰ ਸੱਤ ਕਲਾਵਾਂ ਦਾ ਸੁਮੇਲ ਹੀ ਹੁੰਦਾ ਹੈ ਸਾਰਾ ਕੁਝ ਨਾ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਹੋਣਾ ਫਿਰ ਉਸਦੇ ਸ਼ੌਕ ਚੰਗੇ ਹੋਣੇ ਚੰਗੀਆਂ ਦੀ ਸਹਬਤ ਚੰਗੀਆਂ ਦੀ ਬੈਠਕ ਕੱਲਾ ਤੁਹਾਨੂੰ ਇੱਕ ਪਲੈਟਫਾਰਮ ਦੇ ਦਿੰਦੀ ਆ ਰੂਬਰੂ ਕਰਵਾਉਂਦੀ ਆ ਦਰਸ਼ਕਾਂ ਦੇ ਵੀ ਔਰ ਇੱਕ ਕੁਲੀਗਸ ਨਾਲ ਵੀ ਮਿਲਵਾਉਣਾ ਸ਼ੁਰੂ ਕਰ ਦਿੰਦੀ ਆ ਸਾਰਿਆਂ ਦੇ ਨਾਲ ਤੇ ਫਿਰ ਜਿਉ ਜਿਉ ਤੁਸੀਂ ਜ਼ੇਨ ਵਿੱਚ ਫੀਡ ਕਰਦੇ ਜਾਂਦੇ ਹੋ ਜਿਵੇਂ ਮੋਬਾਈਲ ਆ ਕੁਛ ਨਾ ਕੁਛ ਡਿਲੀਟ ਕਰਦੇ ਜਾਂਦੇ ਹੋ ਕੁਛ ਫੀਡ ਕਰਦੇ ਜਾਂਦੇ ਹੋ ਸੋ ਚੱਲਦੇ ਚੱਲਦੇ ਇਵੇਂ ਹੀ ਹੁੰਦਾ ਗਿਆ ਸਾਰਾ ਕੁਝ ਪਰ ਸ਼ੁਰੂਆਤ ਹੈ ਜਿਹੜੀ ਗਿੱਧੇ ਤੋਂ ਹੋਈ ਤੇ ਗਿੱਧਾ ਤਰਵੇਣੀ ਆ ਸਹੀ ਕੁੜੀਆਂ ਗਾਉਂਦੀਆਂ ਵੀ ਆਪਨੇ ਨੱਚਦੀਆਂ ਵੀ ਨਾਲ ਨੇ ਤੇ ਅਦਾਕਾਰੀ ਵੀ ਬਖੂਬੀ ਹੁੰਦੀ ਐ ਸੋ ਮੈਨੂੰ ਲੱਗਦਾ ਤਿੰਨੇ ਕਲਾਵਾਂ ਇਕੱਠੀਆਂ ਹੀ ਸੀ ਪਰ ਗਾਇਕੀ ਦਾ ਮੇਰਾ ਸਫਰ ਐ ਜਿਹੜਾ ਉਹ ਬੜਾ ਸੁਭਾਅ ਵੈਸਾ ਬਣਿਆ ਕਿ ਇਕੱਠੀਆਂ ਸ਼ੁਰੂ ਹੋ ਗਈਆਂ ਸਾਰੀਆਂ ਚੀਜ਼ਾਂ ਹਮਮ ਸਟੂਡੈਂਟ ਹੁੰਦੇ ਆ ਹੀ ਮੈਨੂੰ ਫਿਲਮਾਂ ਦੀ ਆਫਰਸ ਆਉਣ ਲੱਗ ਪਈਆਂ ਅੱਛਾ ਔਰ ਸਟੂਡੈਂਟ ਸੀਗੀ ਹੋਈ ਹਾਲੇ ਤੱਕ ਮੈਨੂੰ ਨਾਲ ਦੀ ਨਾਲ ਜੌਬ ਆਫਰ ਹੋ ਗਈ ਕਿ ਐਮਏ ਕਰੋਂਗੇ ਤਾਂ ਸਾਡੇ ਕਾਲਜ ਪਰ ਫੈਸਲੀ ਦੀ ਸੀਟ ਤੁਹਾਡੀ ਪੱਕੀ ਐ ਕੋਈ ਸੋ ਕੋਲਡ ਕਾਲਜ ਜਿਨ੍ਹਾਂ ਨੇ ਮੈਨੂੰ ਇੰਗੇਜ ਕਰ ਲਿਆ ਪਹਿਲਾਂ ਹੀ ਮੇਰੇ ਦਾ ਰਿਜ਼ਲਟ ਆ ਲਿਆ ਯਾਨੀ ਸੀ ਪਰ ਮੈਂ ਕਿਤੇ ਪੱਕੀ ਹੋ ਗਈ ਸੀ ਨੌਕਰੀ ਬੱਖੋਂ ਸਿਕਿਉਰ ਹੋ ਗਈ ਸੀ ਉੱਥੇ ਸਿਕਿਉਰ ਹੋ ਕੇ ਕੁਝ ਮੌਕੇ ਇਦਾਂ ਦੇ ਮਿਲੇ ਕਿ ਮੈਨੂੰ ਇੱਕ ਫਿਲਮ ਮਿਲ ਗਈ ਜਿਹੜੀ ਫਿਲਮ ਰਿਲੀਜ਼ ਨਹੀਂ ਹੋਈ ਮੇਰੀ ਪਹਿਲੀ ਫਿਲਮ ਸੀ ਜਿਹੜੀ ਬਿਸ਼ਨੋ ਜੱਟੀ ਟਾਈਟਲ ਰੋਲ ਸੀ ਮੇਰਾ ਤੇ ਉਹ ਕੁਛ ਇੱਕ ਪੜਾ ਲੰਗ ਦੀ ਲੰਗ ਦੀ ਫੇਰ ਜਿਹੜੇ ਬੰਦੇ ਨੇ ਉਸ ਨੂੰ ਬਣਾਇਆ ਸੀ ਸਮ ਹਾਓ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਤੇ ਉਹ ਫਿਲਮ ਨਹੀਂ ਆਈ ਹੈਗੀ ਪਰ ਮੇਰਾ ਇੱਕ ਗਿੱੱਦਾ ਰਿਕਾਰਡ ਹੋ ਕੇ ਸੀਪੀਸੀ ਇੱਕ ਦੂਰਦਰਸ਼ਨ ਦਾ ਕੇਂਦਰ ਸੀ ਦਿੱਲੀ ਦੇ ਵਿੱਚ ਉਹ ਚ ਮੈਂ ਜਾਗੋ ਸਿਰ ਤੇ ਚੱਕ ਕੇ ਕੱਢੀ ਸੀ ਤੇ ਉਹ ਜਾਗੋ ਜਦੋਂ ਟੈਲੀਕਾਸਟ ਹੋਈ ਤਾਂ ਪੈਰੀਟੋਨ ਕੰਪਨੀ ਦੇ ਮਾਲਕਾਂ ਨੇ ਉਹ ਦੇਖੀ ਅੱਛਾ ਜੀ ਔਰ ਮੇਰੇ ਤੱਕ ਉਹਨਾਂ ਨੇ ਪਹੁੰਚ ਕੀਤੀ ਤੇ ਉਹ ਪੈਰੀਟੋਨ ਕੰਪਨੀ ਦੇ ਮਾਲਕਾਂ ਨੂੰ ਸਦਾ ਨਿਰਮਲ ਸਿੰਘ ਜੀ ਹੋਰੀ ਉਹਨਾਂ ਦੇ ਬ੍ਰਦਰ ਨੂੰ ਲੈ ਕੇ ਮੇਰੇ ਕੋਲ ਆਏ ਤੇ ਤੁਸੀਂ ਯਕੀਨ ਜਾਣਿਓ ਮਤਲਬ ਕਿ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਨੂੰ ਤਾਂ ਗੋਣਾ ਨਹੀਂ ਆਉਂਦਾ ਉਹਨਾਂ ਨੇ ਕਿਹਾ ਕਿ ਇੱਕ ਆਪਾਂ ਕੈਸਟ ਕਰਨੀ ਆ ਮੈਂ ਕਿਵੇਂ ਗਾਉਣਾ ਨਹੀਂ ਆਉਂਦਾ ਕਹਿੰਦੇ ਨਹੀਂ ਜੋ ਤੁਸੀਂ ਉੱਥੇ ਗਾਇਆ ਬਸ ਉਹ ਹੀ ਗਾਉਣਾ ਹੈ ਮਤਲਬ ਬੋਲੀਆਂ ਦੀ ਹੀ ਇੱਕ ਟੇਪ ਕਰ ਲਈ ਤੇ ਪਹਿਲੀ ਮੇਰੀ ਟੇਪ 1991 ਚ ਆਈ ਨੱਚ ਲੈ ਸ਼ਾਮ ਕੁਰੇ ਤੇ ਜਿਹਨੇ ਸਫਲਤਾ ਦੇ ਰਿਕਾਰਡ ਤੋੜੇ ਟੌਪ 5 ਕੈਸਟਾਂ ਦੇ ਵਿੱਚ ਉਹਦੀ ਨਾ 9 ਲੱਖ ਕਾਪੀ ਵਿਕੀ ਸੀ ਉਦੋਂ ਉਹਨਾਂ ਸਮਿਆਂ 'ਚ ਇੱਕ ਦਰਜਨ ਦੇ ਕਰੀਬ ਕੈਸਟਾਂ ਮੇਰਾ ਕੈਲਰ ਰੀਲੀਜ਼ ਹੋਈਆਂ ਸਮੇਂ-ਸਮੇਂ 'ਤੇ ਉਹਨਾਂ ਦੇ ਵਿੱਚੋਂ ਇੱਕ ਸੀ ਸੌਣ ਦੇ ਛਰਾਟੇ ਹਾਂਜੀ ਬੜੀ ਵਧੀਆ ਇੱਕ ਐਸੈਟ ਸੀ ਬੜੇ ਪਰਿਵਾਰਕ ਗੀਤ ਸੀ ਇਹਦੇ ਵਿੱਚ ਵਾਕਮਾਲ ਸੀ ਇਹਦੇ ਵਿੱਚ ਤੁਹਾਡੀ ਪੇਸ਼ਕਾਰੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਰਸ਼ਕਾਂ ਦੇ ਨਾਲ ਉਸ ਕੈਸਟ ਦੇ ਵਿੱਚੋਂ ਜਾਂ ਤੁਹਾਡਾ ਕੋਈ ਵੀ ਪਸੰਦੀਦਾ ਜਿਹੜਾ ਗਾਣਾ ਉਹਦੀ ਸਾਂਝ ਜ਼ਰੂਰ ਪਾਓ ਸੌਣ ਦਾ ਮਹੀਨਾ ਉਤ ਲੱਗ ਗਈ ਚੜੀ ਮਾਰ ਕੇ ਛੜਪਾ ਜ ਟਿੱਪਿੰਗ ਤੇ ਚੜੀ ਉਦੇ ਕੀ ਬੱਦਲਾਂ ਨੂੰ ਬਿਜਲੀ ਵਿਖਾਲਾ ਸੋਣ ਦੇ ਸ਼ਰਟ ਨਾਲੇ ਸੋਣ ਦੇ ਸ਼ਰਟ ਨਾਲੇ ਸੋਣ ਦੇ ਸ਼ਰਟ ਨਾਲੇ ਪਿੱਜ ਗਿਆ ਨੀ ਮੇਰਾ ਕੱਗਰਾ ਸੂਫ ਦਾ ਕਾਲਾ ਸੋਣ ਦੇ ਸ਼ਰਟ ਨਾਲੇ ਪਿੱਜ ਗਿਆ ਨੀ ਮੇਰਾ ਕੱਗਰਾ ਸੂਫ ਦਾ ਕਾਲਾ ਬਾਕਮਾਲ ਬਹੁਤ ਵਧੀਆ ਤੁਸੀਂ 1 ਦਰਜਨ ਦੇ ਕਰੀਬ ਕਾਸਟਾਂ ਕੀਤੀਆਂ ਤੇ 1 ਦਰਜਨ ਦੇ ਕਰੀਬ ਹੀ ਤੁਸੀਂ ਫਿਲਮਾਂ ਦੇ ਵਿੱਚ ਅਦਾਕਾਰੀ ਕੀਤੀ ਜੀ 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 ਪਿਛਲੇ ਕੁਝ ਕਸਾਲਾਂ ਤੋਂ ਅਸੀਂ ਤੁਹਾਨੂੰ ਫਿਲਮਾਂ ਦੇ ਵਿੱਚੋਂ ਗੈਰਹਾਜ਼ਰ ਦੇਖ ਰਹੇ ਹਾਂ ਇੱਕ ਤਾਂ ਗੈਰਹਾਜ਼ਰੀ ਦਾ ਕਾਰਨ ਦੱਸ ਦਿਓ ਅੱਛਾ ਜੀ ਤੇ ਇੱਕ ਫਿਲਮਾਂ ਦੇ ਵਿੱਚ ਆਉਣ ਦਾ ਸਬਬ ਕਿਵੇਂ ਬਣਿਆ ਫਿਲਮਾਂ 'ਚ ਆਉਣ ਦਾ ਸਬਬ ਮੈਂ ਤੁਹਾਨੂੰ ਦੱਸਿਆ ਸੀ ਕਿ ਪਹਿਲੀ ਫਿਲਮ ਜਿਹੜੀ ਸੀ ਉਹ ਬਿਸ਼ਨੋ ਜੱਟੀ ਸੀਗੀ ਉਦੋਂ ਮੈਂ ਕਾਲਜ 'ਚ ਜੌਬ ਕਰਦੀ ਸੀ ਉਸ ਤੋਂ ਪਹਿਲਾਂ ਜਦੋਂ ਪੁੱਤ ਜੱਟਾਂ ਦੀ ਫਿਲਮ ਬਣੀ ਸੀ ਉਦੋਂ ਵੀ ਸਮ ਹਾਉ ਮੈਨੂੰ ਕੁਝ ਐਵੇਂ ਤਾਂ ਲੱਗਿਆ ਸੀ ਕਿ ਫਿਲਮ ਵਿੱਚ ਕੰਮ ਕਰਨ ਲਈ ਮੇਰਾ ਨਾਮ ਜਾ ਸਕਦਾ ਅੱਗੇ ਮੇਰੇ ਕੋਈ ਨੋਨ ਮੈਂ ਉਦੋਂ ਮੇਰੇ ਪਰਿਵਾਰ ਨੇ ਮੈਨੂੰ ਪੇਕੇ ਪਰਿਵਾਰ ਨੇ ਫਿਲਮਾਂ ਲਈ ਲਾਉ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਕਾਲਜ ਦੇ ਵਿੱਚ ਜੋ ਕੁਝ ਕਰਨਾ ਕਰ ਲੋ ਫਿਲਮਾਂ ਦੀ ਤੁਹਾਨੂੰ ਆਗਿਆ ਨਹੀਂ ਮਿਲੇਗੀ ਜੀ ਤੇ ਫਿਰ ਉਸ ਤੋਂ ਬਾਅਦ ਪਹਿਲੀ ਜਿਹੜੀ ਮੇਰੀ ਫਿਲਮ ਬਾਹਰ ਆਈ ਹੈ ਜਿਹੜੀ ਮੈਨੂੰ ਐਜ਼ ਅਦਾਕਾਰਾ ਲੈ ਕੇ ਆਈ ਹੈ ਉਹ ਇੱਕ ਵਾਰ ਢਿਲੋਂ ਜਨ ਨੂੰ ਕ੍ਰੈਡਿਟ ਜਾਂਦਾ ਬਗਾਵਤ ਫਿਲਮ ਗੁਰਦਾਸ ਸਿੰਘ ਜੀ ਦੇ ਨਾਲ ਸੀਗੀ ਗੁਰਦਾਸ ਮਾਨ ਜੀ, ਸੁਰਿੰਦਰ ਸ਼ਿੰਦਾ ਜੀ, ਮਨਜੀਤ ਕੁਲਾਰ ਜੀ ਤੇ ਉਹਦੇ ਵਿੱਚ ਮੇਰਾ ਕੇਂਦਰੀ ਰੋਲ ਸੀ ਬਗਾਵਤ ਮੇਰੀ ਪਹਿਲੀ ਰਿਲੀਜ਼ ਫਿਲਮ ਆ ਤੇ ਉਸ ਦਾ ਸਵੱਬ ਐਵੇਂ ਬਣਿਆ ਕਿ ਇਕਬਾਲ ਜੀ ਨੂੰ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਮੈਂ ਕੋਰੀਓਗ੍ਰਾਫੀ ਲਈ ਮਿਲੀ ਸੀ ਉਹਨਾਂ ਦੀ ਫਿਲਮ ਤਬਾਹੀ ਦਾ ਇੱਕ ਗੀਤ ਕੋਰੀਓਗ੍ਰਾਫ ਕਰਕੇ ਆਈ ਸੀ ਮੈਂ ਤੇ ਉਹ ਕੋਰੀਓਗ੍ਰਾਫੀ ਦੇ ਦੌਰਾਨ ਹੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਕਿਸ ਦਿਨ ਫਿਲਮ ਵਿੱਚ ਲੈਣਾ ਮੈਂ ਆਪਣੀ ਚ ਹੂੰ ਤੇ ਫੇਰ ਉਸ ਬਬਨ ਗਿਆ ਜੀ ਸੋ ਮੇਰੇ ਫਿਲਮਾਂ ਚ ਆਉਣ ਦਾ ਸੇਰਾ ਜਿਹੜਾ ਕੁਆਲਟੀ ਲੋਨਜੀ ਨੂੰ ਜਾਂਦਾ ਸੋ ਮੇਰੀ ਲਾਸਟ ਫਿਲਮ ਹੈ ਮੇਰਾ ਪਿੰਡ ਮਾਈ ਹੋਮ ਮੰਜੀਆਂ ਦੀ ਬਹੁਤ ਅੱਛੀ ਫਿਲਮ ਮੇਰੇ ਦਿਲ ਦੇ ਕਰੀਬ ਹੈ ਤੇ ਦੂਸਰੀ ਬਾਬਲ ਦਾ ਵਿੜਾ ਰਣਪਿੱਤਰਾਂ ਦੇ ਨੋਵਲ ਤੇ ਆਧਾਰਿਤ ਸੀ ਹਰਬਖਸ਼ ਲਾਟਾ ਜੀ ਦੀ ਫਿਲਮ ਡਾਕਟਰ ਹਰਚੰਦ ਸਿੰਘ ਜੀ ਦੇ بیٹے ਨੇ ਤੇ ਫਿਲਮਾਂ ਦਾ ਐਵੇਂ ਹੈ ਕਿ ਜਿਸ ਤਰ੍ਹਾਂ ਦੇ ਕਿਰਦਾਰ ਮੈਂ ਕਰ ਬੈਠੀ ਆ ਵੈਸੇ ਕਿਰਦਾਰ ਪਿਛਲੇ ਕੁਝ ਸਮੇਂ ਤੋਂ ਪਰਦੇ ਤੇ ਵੀ ਨਹੀਂ ਆਏ ਤੇ ਮੈਨੂੰ ਲੱਗਦਾ ਜਿਹੜੇ ਡਾਇਰੈਕਟਰਸ ਨੇ ਨਵੀਆਂ ਟੀਮਸ ਨੇ ਸਾਰੀਆਂ ਨਵੀਆਂ ਲੌਬੀਜ਼ ਨੇ ਤੇ ਕਿਤੇ ਨਾ ਕਿਤੇ ਪੁਰਾਣੇ ਕਲਾਕਾਰ ਨੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ ਤੇ ਕੁਝ ਮੈਨੂੰ ਲੱਗਦਾ ਖੁਦਾਰੀ ਹੈ ਜਿਹੜੀ ਖੁਦਾਰ ਬੰਦਾ ਕਿਤੇ ਜਿਆਦਾ ਇੰਟਰੈਕਸ਼ਨ ਨਹੀਂ ਕਰਦਾ ਜਿਆਦਾ ਨੰਬਰ ਫੀਡ ਨਹੀਂ ਕਰਦੀ ਮੈਂ ਜਿਆਦਾ ਫੋਲੋ ਨਹੀਂ ਕਰਦੀ ਤੇ ਜੋ ਕੁਦਰਤੀ ਤੌਰ ਤੇ ਰਸਤੇ ਵਿੱਚ ਆ ਜਾਂਦਾ ਉਹੀ ਲੈਣੀ ਆ ਤੇ ਉਡੀਕ ਮੈਨੂੰ ਜਰੂਰ ਆ ਕਿ ਮੇਰੇ ਮਨਪਸੰਦ ਦੇ ਰੋਲ ਜਿਓ ਜੇ ਮੈਂ ਕੀਤੇ ਨੇ ਪਹਿਲਾਂ ਪੰਜਾਬੀ ਅਤਵਾਲੇ ਪੋਜ਼ਿਟਿਵ ਰੋਲਸ ਜੇ ਕਿਤੇ ਉਹ ਕੋਈ ਕੁਛ ਨਾ ਕੁਛ ਤਾਂ ਕਰਨ ਯੋਗ ਹੋਵੇ ਮਤਲਬ ਕਿ ਥਾੜੀ ਫੜ ਕੇ ਖੜਨ ਵਾਲੀ ਔਰਤ ਨਹੀਂ ਔਰ ਕਾਮੇਡੀ ਫਿਲਮਾਂ ਦੇ ਵਿੱਚ ਸਿਰਫ ਪੈਸੇ ਦੇ ਲਈ ਨਹੀਂ ਹਮਮ ਕੋਈ ਪਾਇਦਰ ਚੀਜ਼ ਹੋਏਗੀ ਦੁਬਾਰਾ ਮਿਲੇਗੀ ਤਾਂ ਮੈਂ ਜ਼ਰੂਰ ਕਰਾਂਗੀ ਇੱਕ ਦੋ ਆਫਰਸ ਆਈਆਂ ਵੀ ਪਿੱਛੇ ਕੁਝ ਮੇਰੀਆਂ ਡੇਟਸ ਕਲੈਸ਼ ਕਰ ਗਈਆਂ ਸਿੰਗਿੰਗ ਦੇ ਸ਼ੋਜ਼ ਵਗੈਰਾ ਸੀਗੇ ਤੇ ਤੁਹਾਡੀਆਂ ਸਭ ਦੀਆਂ ਦੁਆਵਾਂ ਨਾਲ ਮੇਰੀ ਵੀ ਚਾਹਤ ਹੈ ਕਿ ਮੇਰੀ ਅਦਾਕਾਰਾ ਫਿਰ ਤੋਂ ਪਰਦੇ ਤੇ ਆਵੇ ਹੁਣ ਤੁਸੀਂ ਵਾਰਤਕ ਲੇਖਣੀ ਦੇ ਨਾਲ ਵੀ ਜੁੜੇ ਹੋਏ ਹੋ ਜੀ ਤੁਹਾਡੀ ਦੂਜੀ ਕਿਤਾਬ ਆਈ ਹੈ ਔਰਤ ਦੀ ਗਾਥਾ ਜੀ ਇਹ ਮਨ ਦੇ ਬਲਵਲੇ ਆ ਜਿਹੜੇ ਇਹ ਲੇਖਣੀ ਰਾਹੀਂ ਬਾਹਰ ਕੱਢਣੇ ਸ਼ੁਰੂ ਕੀਤੇ ਤੁਸੀਂ ਇਹ ਗਾਇਕੀ ਜਾਂ ਅਦਾਕਾਰੀ ਦੇ ਰਾਹੀਂ ਨਹੀਂ ਸੀ ਨਿਕਲ ਰਹੇ ਜਾਂ ਮਨ ਦੇ ਵਿੱਚ ਫੁੱਟਣੇ ਸ਼ੁਰੂ ਹੋਏ ਵਿਚਾਰ ਕਿ ਇਸ ਖੇਤਰ ਦੇ ਵਿੱਚ ਵੀ ਮੈਂ ਅਜ਼ਮਾਇਆ ਤੇ ਲੇਖਣੀ ਮੇਰੇ ਸਭ ਤੋਂ ਪਹਿਲਾਂ ਤੋਂ ਹੀ ਕਰੀਬ ਹੈ ਹਮ ਕਿਉਂਕਿ ਮੈਂ 8ਵੀਂ ਕਲਾਸ ਵਿੱਚ ਪੜ੍ਹਦੇ ਆ ਪਹਿਲੀ ਕਹਾਣੀ ਲਿਖੀ ਸੀ ਮੋਹ ਦੀਆਂ ਤੰਦਾ ਹਮ ਜਿਹੜੀ ਇੱਕ ਰਿਸ਼ਮਾ ਮੈਗਜ਼ੀਨ ਦੇ ਵਿੱਚ ਛਪੀ ਸੀ ਫਿਰ ਉਸ ਤੋਂ ਬਾਅਦ ਮੈਂ ਕਾਲਜ ਗਈ ਤਾਂ ਮੈਂ ਕਾਲਜ ਮੈਗਜ਼ੀਨ ਦੀ ਐਡੀਟਰ ਰਹੀ ਐ ਮਿੰਦੁਰਾਂਵੀ ਵੀ ਇਹ ਦੁਰਾਂਵੀ ਕਵਿਤਾਵਾਂ ਵੀ ਲਿਖਦੀ ਸੀ ਵਾਰਤਕ ਵੀ ਲਿਖਦੀ ਸੀ ਸਾਹਿਤ ਸਭਾ ਦੀ ਪ੍ਰੈਜ਼ੀਡੈਂਟ ਸੀ ਮੈਂ ਜੀ ਦੋਨੋਂ ਹੀ ਕਾਲਜਸ ਦੇ ਵਿੱਚ ਐਸਟੀ ਗਵਰਨਮੈਂਟ ਕਾਲਜ ਲੁਧਿਆਣਾ ਗਵਰਨਮੈਂਟ ਕਾਲਜ ਸਰਵਪੱਮੇ ਲੁਧਿਆਣਾ ਸੋ ਲੇਖਣੀ ਤਾਂ ਮੇਰੇ ਨਾਲ ਹੀ ਸੀ ਪਰ ਇਹ ਛਾਇਆ ਹੋਈ ਕਿਵੇਂ ਜਾਂ ਬਾਹਰ ਕਿਵੇਂ ਆਈ ਇਹਦਾ ਸੇਰਾ ਜਿਹੜਾ ਅਜੀਤ ਅਖਬਾਰ ਨੂੰ ਜਾਂਦਾ ਸਹੀ ਕਿਉਂਕਿ ਇੱਕ ਦੋ ਵਾਰ ਭਾਜੀ ਨਾਲ ਮੁਖਾਤਬ ਹੋਏ ਤਾਂ ਕੋਈ ਅ ਅਖਬਾਰ ਵਾਸਤੇ ਖਤ ਲਿਖਿਆ ਹੂੰ ਤੇ ਬਾਜੀ ਮੈਨੂੰ ਜਦੋਂ ਮਿਲੇ ਮੈਨੂੰ ਕਹਿੰਦੇ ਤੁਸੀਂ ਲਿਖਦੇ ਬਹੁਤ ਸੋਹਣਾ ਤੁਸੀਂ ਲਿਖੋ ਸੋ ਬਾਜੀ ਦਾ ਵਰਦੀ ਲੇਖਕਾ ਕਹਿਣਾ ਕਿ ਤੁਸੀਂ ਬਹੁਤ ਅੱਛੇ ਲਿਖਦੇ ਹੋ ਉਹਨੇ ਉਤਸ਼ਾਹ ਦਾ ਕੰਮ ਕੀਤਾ ਫਿਰ ਮੇਰੇ अजीत ਵਿੱਚ ਆਰਟੀਕਲਸ ਕੰਟੀਨਿਊ ਆਏ ਤਾਂ ਆਰਟੀਕਲਸ ਤੋਂ ਲੋਕਾਂ ਦੀ ਜਿਹੜੀ ਮੋਟੀਵੇਸ਼ਨ ਸੀ ਜੀ ਜੀ ਔਰ ਉਹਨਾਂ ਦੀ ਇੰਨੀ ਸਰਾਨਾ ਸੀ ਉਹ ਮੈਨੂੰ ਇੱਕ ਲੇਖਕਾ ਦੇ ਤੌਰ ਤੇ ਬਾਹਰ ਲੈ ਆਈ ਦੁਬਾਰਾ ਫੇਰ ਜੀ ਜੀ ਸੀ ਮੇਰੇ ਕੋਲ ਪਰ अजीत ਸਮੂਹ ਨੂੰ ਹੀ ਇਸ ਦਾ ਸ਼ਰੇਆ ਜਾਂਦਾ ਤੇ ਤੁਸੀਂ ਹੋਰ ਨਵਾਂ ਕੀ ਕਰ ਰਹੇ ਹੋ ਖੁਦ ਇਹ ਕਿਤਾਬ ਤੋਂ ਇਲਾਵਾ ਮੈਂ ਹਰ ਸਾਲ ਪੰਜਾਬ ਦੀਆਂ ਧੀਆਂ ਵਾਸਤੇ ਤੀ ਪੰਜਾਬਣ ਤੀ ਪੰਜਾਬ ਦੀ ਔਰ ਪੰਜਾਬਣ ਮੋਟਿਆਰ ਤੇ ਪਲੱਸ ਜਿਹੜਾ ਹਮਦਰਦ ਯਾਦਗਾਰੀ ਮੇਲਾ ਹੁੰਦਾ ਕਪੂਰਥਲਾ ਉਸ ਤੇ ਸੰਸਥਾ ਨਾਲ ਵੀ ਜੁੜੀ ਹੋਈ ਆ ਤੇ ਇੱਕ ਮੇਰੀ ਕਾਫੀ ਧੀਰ ਦੀ ਮਨਸ਼ਾ ਹੈ ਕਿ ਮੈਂ ਵਰਲਡ ਵਾਈਡ ਜਿਹੜਾ ਹੈਗਾ ਵਰਲਡ ਊਮਨ ਵੈਲਫੇਅਰ ਕਾਉਂਸਲ ਹੈ ਜਿਹੜੀ ਕਿ ਊਮਨ ਵੈਲਫੇਅਰ ਵਾਸਤੇ ਉਹ ਜ਼ਰੂਰ ਕਰਾਂ ਤੇ ਉਹ ਆਪਣੇ ਆਪ ਚ ਵੈਸੇ ਇੰਡਾਇਰੈਕਟਲੀ ਚੱਲੀ ਹੀ ਜਾ ਰਹੀ ਹੈ ਕਿਉਂਕਿ ਮੈਂ ਔਰਤ ਦੇ ਹੱਕਾਂ ਦੀ ਗੱਲ ਕਰਦੀ ਆ ਔਰਤ ਨੂੰ ਕੈਸੀ ਹੋਣਾ ਚਾਹੀਦਾ ਕਿਉਂਕਿ ਔਰਤ ਮਰਦ ਸਿਰਫ ਇੱਕ ਪਹਿਰਾਵਾ ਜਿਹੜਾ ਕੁਦਰਤ ਨੇ ਸਾਨੂੰ ਬਖਸ਼ਿਆ ਹੈ ਇੱਥੇ ਵਿਚਰਨ ਵਾਸਤੇ ਅਦਰਵਾਇਜ਼ ਦੋਨੋਂ ਹੀ ਔਰਤ ਮਰਦ ਤੋਂ ਉੱਪਰ ਉੱਠ ਕੇ ਜਦੋਂ ਕੰਮ ਕਰਦੇ ਹੋ ਕੰਮ ਸੋਣਾ ਹੁੰਦਾ ਸਹੀ ਪਰ ਔਰਤ ਠੀਕ ਹੈ ਕਿ ਆਜ਼ਾਦੀ ਵੀ ਬਹੁਤ ਮਿਲ ਗਈ ਪਰ ਸਭ ਥਾਵਾਂ ਤੇ ਹਾਲੇ ਲੋ ਨਹੀਂ ਪਹੁੰਚੀ ਹਾਲੇ ਵੀ ਕੁਝ ਪਰਸੈਂਟ ਨੇ ਜਿਹੜੇ ਐਦਾਂ ਸਟੂਡੀਓਜ਼ 'ਚ ਬੈਠ ਕੇ ਗੱਲਾਂ ਕਰਦੇ ਆ ਡਿਬੇਟਸ ਕਰਦੇ ਆ ਜਾਂ ਬਾਹਰਲੀ ਯੂਨੀਵਰਸਿਟੀ 'ਚ ਪੜ੍ਹਦੀਆਂ ਨੇ ਕੁੜੀਆਂ ਹਾਲੇ ਵੀ ਬਹੁਤ ਕੁਝ ਕਰਨ ਵਾਲਾ ਬਾਕੀ ਐ ਔਰਤ ਵਾਸਤੇ ਪਰ ਜਿੰਨੀ ਕੁ ਆਜ਼ਾਦੀ ਮਿਲੀ ਆ ਉਹਦੇ ਵਿੱਚੋਂ ਆਜ਼ਾਦੀ ਦੀ ਜਿਹੜੀ ਦੁਰਵਰਤੋਂ ਹੈ ਉਹ ਵੀ ਬਹੁਤ ਗਲਤ ਹੋ ਰਹੀ ਹੈ ਕਿਉਂਕਿ ਜਦੋਂ ਇੱਕ ਔਰਤ ਕੁਝ ਜਾਂ ਇੱਕ ਬੇਟੀ ਕੋਈ ਇੱਕ ਧੀ ਇੱਕ ਨੋ ਕੁਝ ਵੀ ਐਸਾ ਕਦਮ ਚੁੱਕਦੀ ਹੈ ਜਿਹਦੇ ਨਾਲ ਸਮਾਜਿਕ ਤਵਾਜਨ ਚਰਮ ਰੋਂਦਾ ਹੈ ਤਾਂ ਫਿਰ 100 ਨਹੀਂ 1000 ਧੀਆਂ ਦੇ ਦਰਵਾਜ਼ੇ ਬੰਦ ਹੁੰਦੇ ਆ ਜੇਕਰ ਇੱਕ ਔਰਤ ਕਲਪਨਾ ਚਾਵਲਾ ਜਾਂ ਮਦਰ ਟ੍ਰੇਸਾ ਵਰਗੀ ਗੱਲ ਕਰਦੀ ਆ ਤੇ ਲੱਖ ਲਈ ਦਰਵਾਜ਼ੇ ਖੋਲਦੇ ਆ ਸਹੀ ਹੈ ਸੋ ਔਰਤ ਤੇ ਮਰਦ ਦੋਨਾਂ ਦੀ ਆਜ਼ਾਦੀ ਹੈ ਜਿਹੜੀ ਉਹ ਮਾਲਕ ਆਜ਼ਾਦੀ ਤੇ ਸਭ ਤੋਂ ਵੱਡੀ ਨਿਯਾਮਤ ਹੈ ਤੇ ਜੇਕਰ ਆਜ਼ਾਦੀ ਔਰਤ ਤੇ ਮਰਦ ਦੋਨਾਂ ਨੂੰ ਜੀਓ ਔਰ ਜੀਨੇ ਦੇ ਸੰਧਾਰ ਦੇ ਮਤਾਬਕ ਹੋਣੀ ਚਾਹੀਦੀ ਹੈ ਤੇ ਇਸ ਸਿਧਾਂਤ ਦੇ ਵਿੱਚ ਦੋਨਾਂ ਹੀ ਤਰ੍ਹਾਂ ਦਾ ਫਰਜ਼ ਬਣਦਾ ਹੈ ਕਿ ਸਮਾਜ ਨੂੰ ਤਵਾਜ਼ਨ ਨਾਲ ਬੈਲੈਂਸ ਨਾਲ ਚਲਾਈਏ ਜੇਕਰ ਪਰਿਵਾਰ ਸੋਨਾ ਹੈ ਤਾਂ ਕਿੰਨੇ ਸਾਰੇ ਪਰਿਵਾਰ ਮਿਲ ਕੇ ਹੀ ਸਮਾਜ ਬਣਦਾ ਸਹੀ ਹੈ ਬੜਾ ਲੰਮਾ ਸਮਾਂ ਇਸ ਖੇਤਰ ਦੇ ਵਿੱਚ ਵਿਚਰੇ ਹੋ ਜੀ ਤੁਸੀਂ ਕਲਾ ਖੇਤਰ ਦੀ ਨੈਤਿਕ ਗਿਰਾਵਟ ਦੀ ਗੱਲ ਕੀਤੀ ਹੈ ਫੇਕ ਬੜਾ ਕੁਝ ਹੈ ਮੈਂ ਸੋਚਦਾ ਕਿ ਜਦੋਂ ਸਾਰੇ ਖੇਤਰਾਂ ਦੇ ਵਿੱਚ ਨੈਤਿਕ ਗਿਰਾਵਟ ਆਈ ਹੈ ਤਾਂ ਕਲਾ ਦੀਆਂ ਸਿਲਫਾਂ ਦੇ ਵਿੱਚ ਇਹ ਆਉਣੀ ਕੁਦਰਤੀ ਸੀ ਦਿਲ ਕਰਦਾ ਸੀ ਤੁਹਾਡੇ ਨਾਲ ਹੋਰ ਲੰਮੀਆਂ ਗੱਲਾਂ ਕੀਤੀਆਂ ਜਾਣ ਪਰ ਵਕਤ ਦੀ ਘਾਟ ਹੈ ਜਿਹੜੀ ਉਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਆਪਣੇ ਮਨ ਦੇ ਬਲਵਲੇ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਸਤਿ ਸ਼ਕਾਲ ਜੀ ਫਿਰ ਦੋਸਤੋ ਇਹ ਸੀ ਗਾਇਕਾ ਵਾਰਤਕ ਲੇਖਕਾ ਗਿੱਧਿਆਂ ਦੀ ਰਾਣੀ ਤੇ ਅਦਾਕਾਰਾ ਸਰਬਜੀਤ ਮੰਗਟ ਹੋਰਾਂ ਦੇ ਨਾਲ ਮੁਲਾਕਾਤ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਹੁਣ ਦਿਓ ਆਗਿਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ